ਸਰਕਾਰ ਨੇ ਜਦੋਂ ਮੈਨੀਫੈਸਟੋ ਬਣਾਇਆ ਸੀ ਤਾਂ ਵਾਅਦਾ ਕੀਤਾ ਸੀ ਕਿ ਇੰਡਸਟਰੀ ਨੂੰ 5 ਰੁਪਏ ਬਿਜਲੀ ਮਿਲੇਗੀ। ਫਿਰ ਕੀ ਹੋਇਆ ਕਿ ਇੰਡਸਟਰੀਅਲ ਪਾਲਿਸੀ ਆਈ, ਐਗਜ਼ਿਸਟਿੰਗ ਇੰਡਸਟਰੀ ਨੂੰ ਬਿਜਲੀ ਜਿਹੜੀ ਹੈ ਉਹ 5 ਤੋਂ 5.5 ਕਰ ਦਿੱਤੀ ਕਿ ਚਾਰਜਿਸ ਨੇ, ਕੰਜ਼ਮਪਸ਼ਨ ਚਾਰਜਿਸ ਨੇ ਉਹ 5.5 ਹੋਣਗੇ। ਉਹਦੇ ਉੱਪਰ ਫਿਰ ਫਿਕਸ ਚਾਰਜਿਸ ਲਾ ਦਿੱਤੇ ਗਏ ਅਤੇ 20% ਦੇ ਆਸ ਪਾਸ ਜਿਹੜਾ ਟੈਕਸ ਲਾ ਦਿੱਤਾ ਗਿਆ, ਜਿਹਦੇ ਨਾਲ ਇੰਡਸਟਰੀ ਨੂੰ ਬਿਜਲੀ ਜਿਹੜੀ ਹੈ ਉਹ ਲਗਭਗ 9 ਰੁਪਏ ਤੋਂ ਲੈ ਕੇ 15 ਰੁਪਏ ਤੱਕ ਮਿਲਣੀ ਸ਼ੁਰੂ ਹੋ ਗਈ। ਇਹ ਸਰਕਾਰ ਦਾ ਵਾਅਦਾ ਕਿੱਥੇ ਗਿਆ? ਇੱਕ ਮੈਨੀਫੈਸਟੋ ਪ੍ਰੋਮਿਸ ਸੀ ਸਰਕਾਰ ਦਾ 5 ਰੁਪਏ ਬਿਜਲੀ ਦਾ, ਜਿਹੜਾ ਪਿਛਲੇ 2 ਸਾਲਾਂ 'ਚ ਲਗਾਤਾਰ ਵਧਿਆ। ਫਿਰ ਉਸ ਤੋਂ ਬਾਅਦ ਸਰਕਾਰ ਨੇ ਵਾਅਦਾ ਕੀਤਾ ਸੀਗਾ ਕਿ ਨਵੀਂ ਇੰਡਸਟਰੀ ਵਾਸਤੇ ਇਹਨਾਂ ਨੇ ਕਹਿਤਾ 5 ਰੁਪਏ ਦੇਵਾਂਗੇ, ਪੁਰਾਣੀ ਨੂੰ 5.5 ਦੇਵਾਂਗੇ। ਅੱਜ ਪੁਰਾਣੀ ਇੰਡਸਟਰੀ ਜਿਹੜੀ ਹੈ ਉਹਨੂੰ ਜ਼ਿਆਦਾ ਸਪੋਰਟ ਦੀ ਜ਼ਰੂਰਤ ਸੀ ਬਜਾਏ ਕਿ ਨਵੀਂ ਇੰਡਸਟਰੀ ਤੋਂ। ਪੰਜਾਬ ਦੇ ਵਸਨੀਕਾਂ ਦੇ ਉੱਪਰ ਇਹ ਉਹ ਜਨਤਾ ਜਿਹੜੀ ਵੋਟਾਂ ਦੇ ਵਿੱਚ ਬੜੀ ਉਮੀਦਾਂ ਲੈ ਕੇ ਵੋਟਾਂ ਪਾਉਣ ਵਾਸਤੇ ਅੱਗੇ ਆਈ, ਜਿਹਦੇ ਕਰਕੇ ਇੰਡਸਟਰੀ ਬਹੁਤ ਪਰੇਸ਼ਾਨ ਹੈ ਜੀ। ਲੇਬਰ ਦੀ ਸ਼ੋਰਟੇਜ ਆਈ ਹੋਈ ਹੈ। ਜੇ ਪੰਜਾਬ 'ਚ ਅਸੀਂ ਲੇਬਰ ਨੂੰ ਕੰਮ ਨਹੀਂ ਦੇਵਾਂਗੇ ਜਾਂ ਬਿਜਲੀ ਬੰਦ ਹੋਣ ਤੋਂ ਬਾਅਦ ਵੀ ਤਨਖਾਹਾਂ ਨਹੀਂ ਦੇਵਾਂਗੇ ਤਾਂ ਲੇਬਰ ਬਾਹਰ ਚਲੀ ਜਾਏਗੀ, ਪੰਜਾਬ ਤਬਾਹ ਹੋ ਜਾਏਗਾ, ਆਰਥਿਕਤਾ ਤਬਾਹ ਹੋ ਜਾਏਗੀ। ਸਰਕਾਰ ਨੇ ਜਦੋਂ ਮੈਨੀਫੈਸਟੋ ਬਣਾਇਆ ਸੀ ਤਾਂ ਵਾਅਦਾ ਕੀਤਾ ਸੀ ਕਿ ਇੰਡਸਟਰੀ ਨੂੰ 5 ਰੁਪਏ ਬਿਜਲੀ ਮਿਲੇਗੀ। ਫਿਰ ਕੀ ਹੋਇਆ ਕਿ ਇੰਡਸਟਰੀਅਲ ਪਾਲਿਸੀ ਆਈ, ਐਗਜ਼ਿਸਟਿੰਗ ਇੰਡਸਟਰੀ ਨੂੰ ਬਿਜਲੀ ਜਿਹੜੀ ਹੈ ਉਹ 5 ਤੋਂ 5.5 ਕਰ ਦਿੱਤੀ ਕਿ ਜਿਹੜੇ ਤੁਹਾਡੇ ਚਾਰਜਿਸ ਨੇ, ਕੰਜ਼ਮਪਸ਼ਨ ਚਾਰਜਿਸ ਨੇ ਉਹ 5.5 ਹੋਣਗੇ। ਉਹਦੇ ਉੱਪਰ ਫਿਰ ਫਿਕਸ ਚਾਰਜਿਸ ਲਾ ਦਿੱਤੇ ਗਏ ਅਤੇ 20% ਦੇ ਆਸ ਪਾਸ ਜਿਹੜਾ ਟੈਕਸ ਲਾ ਦਿੱਤਾ ਗਿਆ, ਜਿਹਦੇ ਨਾਲ ਇੰਡਸਟਰੀ ਨੂੰ ਬਿਜਲੀ ਜਿਹੜੀ ਹੈ ਉਹ ਲਗਭਗ 9 ਰੁਪਏ ਤੋਂ ਲੈ ਕੇ 15 ਰੁਪਏ ਤੱਕ ਮਿਲਣੀ ਸ਼ੁਰੂ ਹੋ ਗਈ। ਹੁਣ ਅੱਜ ਕੀ ਹੋਇਆ ਕਿ ਜਿਹੜੇ ਫਿਕਸ ਚਾਰਜਿਸ ਅਤੇ ਕੰਜ਼ਮਪਸ਼ਨ ਚਾਰਜਿਸ ਬਿਜਲੀ ਬੋਰਡ ਨੇ ਦੋਨੋਂ ਵਧਾ ਦਿੱਤੇ। ਪਹਿਲਾਂ ਤਾਂ ਪੋਲੀਟੀਕਲੀ ਮੋਟੀਵੇਟਡ ਇੱਦਾਂ ਹੈ ਕਿ ਹਮੇਸ਼ਾ ਜਿਹੜੇ ਚਾਰਜਿਸ ਨੇ ਉਹ 1 ਤਰੀਕ ਤੋਂ ਵਧਾਏ ਜਾਂਦੇ 1 ਅਪ੍ਰੈਲ ਤੋਂ, ਲੇਕਿਨ ਸਰਕਾਰ ਨੂੰ ਇਹ ਖਦਸ਼ਾ ਸੀ ਕਿ ਜੇ ਅਸੀਂ ਪਹਿਲਾਂ ਅਨਾਊਂਸ ਕਰ ਦਿੱਤਾ ਤਾਂ ਕਦੇ ਇਹਦਾ ਵੋਟਾਂ 'ਤੇ ਕੋਈ ਅਸਰ ਨਾ ਪੈ ਜਾਵੇ। ਇਸ ਕਰਕੇ ਵੋਟਾਂ ਖਤਮ ਹੋਣ ਤੋਂ ਇਮੀਜੀਏਟ ਬਾਅਦ ਜਿਹੜਾ ਇਹਨਾਂ ਦੀ ਘੋਸ਼ਣਾ ਕੀਤੀ ਗਈ। ਹੁਣ ਜਿਹੜਾ ਇੰਡਸਟਰੀ ਨੂੰ ਇੰਪੈਕਟ ਪਏਗਾ, ਹਰੇਕ ਤਰ੍ਹਾਂ ਦੀ ਕੈਟੇਗਰੀ ਦੇ ਵਿੱਚ 5 ਰੁਪਈਏ ਪਰ ਕਿਲੋਵਾਟ ਜਿਹੜੇ ਫਿਕਸ ਚਾਰਜਿਸ ਵਧਾ ਦਿੱਤੇ ਗਏ, ਉਹਦੇ ਨਾਲ ਹਰੇਕ ਇੰਡਸਟਰੀ ਨੂੰ, ਹਰੇਕ ਯੂਨਿਟ ਨੂੰ ਬਹੁਤ ਫਰਕ ਪੈਣ ਵਾਲਾ, ਕਿਉਂਕਿ ਇਹ ਹਰੇਕ ਨੂੰ ਦੇਣੇ ਪੈਣਗੇ, ਚਾਹੇ ਸਮਾਲ ਹੈ, ਚਾਹੇ ਲਾਰਜ ਹੈ, ਚਾਹੇ ਮੀਡੀਅਮ ਹੈ। ਔਰ ਇਸ ਤੋਂ ਇਲਾਵਾ ਜਿਹੜਾ ਸਰਕਾਰ ਦਾ ਸਬਸਿਡੀ ਬਿੱਲ ਹੈ ਉਹ ਵੀ ਵੱਧ ਜਾਏਗਾ। ਔਰ ਜੇ ਅਸੀਂ 5 ਰੁਪਏ ਯੂਨਿਟ ਗਿਣੀਏ ਤਾਂ 5 ਰੁਪਏ ਯੂਨਿਟ ਨਹੀਂ, ਇਹਦੇ ਉੱਪਰ 20% ਜਿਹੜਾ ਉਹ ਟੈਕਸ ਪਏਗਾ ਅਤੇ ਲਗਭਗ ਜਿਹੜਾ 6 ਰੁਪਏ ਕਿਲੋਵਾਟ ਦੇ ਆਸ ਪਾਸ ਇਹ ਐਡੀਸ਼ਨਲ ਖਰਚਾ ਜਿਹੜਾ ਇੰਡਸਟਰੀ ਨੂੰ ਸਹਿਣ ਕਰਨਾ ਪਏਗਾ ਔਰ ਇੰਡਸਟਰੀ ਦੇ ਜਿਹੜੇ ਫਿਕਸ ਚਾਰਜਿਸ ਆ ਉਹ ਕਾਫੀ ਵੱਧ ਜਾਣਗੇ। ਸਰ ਲੱਗਦਾ ਜਿਵੇਂ ਤੁਸੀਂ ਦੱਸਿਆ ਕਿ ਆਮ ਲੋਕਾਂ ਨੂੰ ਜਿਸ ਤਰੀਕੇ ਨਾਲ 300 ਯੂਨਿਟ ਮਾਫ਼ ਕੀਤੀ ਗਈ ਹੈ ਤਾਂ ਇੰਡਸਟਰੀ ਦੇ ਜਿਹੜੇ ਫਿਕਸ ਚਾਰਜਿਸ ਹੈ ਤੁਸੀਂ ਉਹਦਾ ਜ਼ਿਕਰ ਕਰ ਰਹੇ ਹੋ ਕਿ ਕਿੰਨਾ ਕੁ ਅੰਤਰ? ਦੇਖੋ ਕਾਫੀ ਫਰਕ ਪਏਗਾ ਇੰਡਸਟਰੀ ਨੂੰ। ਜੇ ਮੰਨ ਲਓ ਕਿਸੇ ਦਾ 100 ਕਿਲੋਵਾਟ ਦਾ ਕਨੈਕਸ਼ਨ ਹੈ ਤਾਂ ਉਹਨੂੰ ਵੀ ਲਗਭਗ 600 ਰੁਪਏ ਮਹੀਨੇ ਦਾ ਫਰਕ ਪਏਗਾ, ਔਰ ਜਿਨ੍ਹਾਂ ਦੇ 5-5 ਹਜ਼ਾਰ ਕਿਲੋਵਾਟ ਦੇ ਕਨੈਕਸ਼ਨ ਹੈ ਤਾਂ ਉਹਨਾਂ ਨੂੰ 2-2.5 ਲੱਖ ਰੁਪਏ ਮਹੀਨੇ ਦਾ ਜਿਹੜਾ ਉਹ ਫਰਕ ਪਏਗਾ। ਪੁਜੀਸ਼ਨ ਇਹ ਨਹੀਂ ਹੈ, ਦਿੱਕਤ ਇਹ ਹੈ ਇੱਥੇ ਕਿ ਸਰਕਾਰ ਦਾ ਵਾਅਦਾ ਕਿੱਥੇ ਗਿਆ? ਇੱਕ ਮੈਨੀਫੈਸਟੋ ਪ੍ਰੋਮਿਸ ਸੀ ਸਰਕਾਰ ਦਾ 5 ਰੁਪਏ ਬਿਜਲੀ ਦਾ, ਜਿਹੜਾ ਪਿਛਲੇ 2 ਸਾਲਾਂ 'ਚ ਲਗਾਤਾਰ ਵਧਿਆ। ਫਿਰ ਉਸ ਤੋਂ ਬਾਅਦ ਸਰਕਾਰ ਨੇ ਵਾਅਦਾ ਕੀਤਾ ਸੀਗਾ ਕਿ ਨਵੀਂ ਇੰਡਸਟਰੀ ਵਾਸਤੇ ਇਹਨਾਂ ਨੇ ਕਹਿਤਾ 5 ਰੁਪਏ ਦੇਵਾਂਗੇ, ਪੁਰਾਣੀ ਨੂੰ 5.5 ਦੇਵਾਂਗੇ। ਅੱਜ ਪੁਰਾਣੀ ਇੰਡਸਟਰੀ ਜਿਹੜੀ ਹੈ ਉਹਨੂੰ ਜ਼ਿਆਦਾ ਸਪੋਰਟ ਦੀ ਜ਼ਰੂਰਤ ਸੀ ਬਜਾਏ ਕਿ ਨਵੀਂ ਇੰਡਸਟਰੀ ਤੋਂ। ਇਸ ਕਰਕੇ ਇਹ ਬੜੀ ਦਿੱਕਤ ਹੈ। ਠੀਕ ਹੈ ਸਰਕਾਰ ਨੇ ਕਿਸੇ ਨੂੰ ਫ੍ਰੀ ਬਿਜਲੀ ਦੇਣੀ ਹੈ, ਉਹ ਆਪਣੇ ਪ੍ਰੈਰੋਗੇਟਿਵ ਉਹ ਦੇਵੇ, ਲੇਕਿਨ ਦੂਸਰੇ ਸੈਕਟਰਸ ਨੂੰ ਰੇਟ ਵਧਾਉਣਾ ਜਾਂ ਦੂਜੇ ਸੈਕਟਰ ਦਾ, ਅੱਜ ਜਿਹੜਾ ਲਾਰਜ ਇੰਡਸਟਰੀ ਉਹਨੂੰ 7 ਰੁਪਏ ਯੂਨਿਟ ਦੇ ਆਸ ਪਾਸ ਇਹਨਾਂ ਨੇ ਬਿਜਲੀ ਦੀ ਕੋਸਟ ਕਰ ਦਿੱਤੀ ਹੈ ਔਰ 340 ਰੁਪਏ ਯੂਨਿਟ ਫਿਕਸ ਚਾਰਜਿਸ ਕਰ ਦਿੱਤੇ। ਇਸ ਕਰਕੇ ਇਸ ਤਰ੍ਹਾਂ ਜੇ ਬਿਜਲੀ ਵੱਧਦੀ ਰਹੇਗੀ ਪੰਜਾਬ 'ਚ ਇੰਡਸਟਰੀ ਜਿਹੜੀ ਹੈ ਉਹ ਚਲਾਉਣੀ ਬਹੁਤ ਔਖੀ ਹੋ ਜਾਏਗੀ। ਕਿਸ ਤਰ੍ਹਾਂ ਜੀ ਮੂਵ ਕਰੇਗੀ ਇੰਡਸਟਰੀ? ਦੇਖੋ ਗੱਲ ਇਹ ਹੈ ਕਿ ਅੱਜ ਵਾਇਬਿਲਟੀ ਨਹੀਂ ਹੋਏਗੀ। ਅੱਜ ਪੰਜਾਬ 'ਚ ਲੇਬਰ ਮਹਿੰਗੀ ਹੈ, ਲੈਂਡ ਮਹਿੰਗੀ ਹੈ, ਜੇ ਲਾਈਟ ਵੀ ਮਹਿੰਗੀ ਹੋ ਗਈ ਤਾਂ ਫਿਰ ਪੰਜਾਬ 'ਚ ਇੰਡਸਟਰੀ ਵਾਇਬਲ ਨਹੀਂ ਰਹਿਣੀ। ਆਲਰੇਡੀ ਕਾਫੀ ਇੰਡਸਟਰੀ, ਬਾਈਸਾਈਕਲ ਇੰਡਸਟਰੀ ਜਿਹੜੀ ਬਿਹਾਰ ਨੂੰ ਮੂਵ ਕਰਨ ਜਾ ਰਹੀ ਹੈ, ਯੂਪੀ ਕਈ ਮੀਟਿੰਗਸ ਹੋ ਚੁੱਕੀਆਂ, ਗਵਰਨਮੈਂਟ ਦਾ
ਕਿਸੇ ਟਾਈਮ ਜਿਹੜਾ ਤ੍ਰਿਪੁਰ ਕਿਸੇ ਨਕਸ਼ੇ 'ਚ ਹੀ ਵੇਚਣੀ ਸੀ, ਅੱਜ ਲੁਧਿਆਣੇ ਦੀ ਇੰਡਸਟਰੀ ਨੂੰ ਫੇਲ ਕਰਕੇ ਤ੍ਰਿਪੁਰ ਕਈ ਕਿਤੇ ਅੱਗੇ ਜਾ ਚੁੱਕੇ ਆ। ਐਕਸਪੋਰਟ ਦੇ ਵਿੱਚ ਸਾਡੀ 10% ਹਿੱਸੇਦਾਰੀ ਹੈ, 90% ਹਿੱਸੇਦਾਰੀ ਉਸ ਛੋਟੀ ਜਿਹੀ ਇੱਕ ਸਟੇਟ ਦੀ ਬਣ ਚੁੱਕੀ ਹੈ। ਇਸ ਕਰਕੇ ਜੇ ਇਹੀ ਹਾਲਾਤ ਰਹੇ ਤਾਂ ਪੰਜਾਬ 'ਚੋਂ ਹੌਲੀ ਹੌਲੀ ਜਿਹੜੀ ਇੰਡਸਟਰੀ ਹੈ ਉਹ ਪਲਾਇਨ ਹੋਣੀ ਉਹ ਕਨਫਰਮ ਹੈ। ਸਰ, ਬਿਜਲੀ ਦੇ ਰੇਟ ਕੁਝ ਵਧੇ ਨੇ, ਕਿੰਨਾ ਕੁ ਉਹਦੇ ਨਾਲ ਫਰਕ ਪਏਗਾ ਇੰਡਸਟਰੀ ਨੂੰ ਜੇਕਰ ਗੱਲ ਕਰੀਏ ਤਾਂ? ਮੈਂ ਸਭ ਤੋਂ ਪਹਿਲਾਂ ਕਹਿਣਾ ਚਾਹਾਂਗਾ ਕਿ ਬਿਜਲੀ ਬੋਰਡ ਦੇ ਰੇਟ ਵਧੇ ਨੇ, ਇਹ ਇੱਕ ਆਗਾਤ ਕੀਤਾ ਗਿਆ ਪੰਜਾਬ ਦੀ ਇੰਡਸਟਰੀ, ਪੰਜਾਬ ਦੇ ਵਸਨੀਕਾਂ ਦੇ ਉੱਪਰ, ਅਤੇ ਉਹ ਜਨਤਾ ਜਿਹੜੀ ਵੋਟਾਂ ਦੇ ਵਿੱਚ ਬੜੀ ਉਮੀਦਾਂ ਲੈ ਕੇ ਵੋਟਾਂ ਪਾਉਣ ਵਾਸਤੇ ਅੱਗੇ ਆਈ, ਇਹਦਾ ਮਤਲਬ ਵੋਟਾਂ ਤੋਂ ਬਾਅਦ ਦੇ ਵਿੱਚ ਬੱਕਰੇ ਨੂੰ ਝਟਕਾ ਦਿੱਤਾ ਗਿਆ। ਇੱਕ ਪਾਸਿਓਂ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਅਤੇ ਹੋਰ ਮੰਤਰੀ ਅਤੇ ਅਫਸਰ ਸਾਹਿਬਾਨ ਕਹਿੰਦੇ ਨੇ ਕਿ ਹੁਣ ਇਹ ਹੋਇਆ ਕਿ ਪੰਜਾਬ PCS PSPCL ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਹੁਣ ਪ੍ਰੋਫਿਟ 'ਚ ਜਾ ਰਹੀ ਹੈ, ਘਾਟੇ 'ਚ ਨਹੀਂ ਜਾ ਰਹੀ। ਮੈਂ ਉਸ ਦਿਨ ਭਗਵੰਤ ਮਾਨ ਜੀ ਦਾ ਇੱਕ ਬਾਈਟ ਸੁਣ ਰਿਹਾ ਸੀਗਾ ਇਲੈਕਟ੍ਰੋਨਿਕ ਮੀਡੀਆ 'ਤੇ ਕਿ ਅਸੀਂ ਥਰਮਲ ਪਲਾਂਟ ਵੀ ਆਪਣੇ ਖਰੀਦ ਲਏ, ਕੋਲੇ ਦੀਆਂ ਅਸੀਂ ਖਾਣਾਂ ਵੀ ਖਰੀਦ ਲਈਆਂ, ਬਹੁਤਾਤ ਬਿਜਲੀ ਹੈ ਅਸੀਂ ਦੂਜੀ ਸਟੇਟਾਂ ਨੂੰ ਵੇਚੀ ਹੋਈ ਹੈ, ਹੁਣ ਅਸੀਂ ਵਾਪਸ ਲੈ ਕੇ 24 ਘੰਟੇ ਨਿਰਵਿਘਨ ਸਪਲਾਈ ਪੰਜਾਬ ਦੇ ਖਪਤਕਾਰਾਂ ਨੂੰ, ਜਿਹਦੇ ਵਿੱਚ ਇੰਡਸਟਰੀ ਕਾਰੀਆਂ ਮੇਰੇ ਕਿਸਾਨ ਭਰਾ ਨੇ ਦੇ ਰਹੇ ਹਾਂ। ਮੈਂ ਛੋਟੀ ਜਿਹੀ ਗੱਲ ਬੇਨਤੀ ਕਰਾਂਗਾ ਕਿ ਸਟੈਟਿਕਸ ਦੇ ਉੱਪਰ ਗੱਲ ਕਰ ਰਿਹਾ, ਆਹ ਰਜਿਸਟਰ ਮੇਰੀ ਆਪਣੀ ਫੈਕਟਰੀ 'ਚ ਕਈ ਸਾਲਾਂ ਤੋਂ ਲੱਗ ਰਿਹਾ, ਰੋਜ਼ ਪਾਵਰ ਕੱਟ ਕਿੰਨੇ ਕਿੰਨੇ ਲੱਗ ਰਹੇ ਨੇ। ਹੈਰਾਨੀ ਦੀ ਗੱਲ ਹੈ ਕਿ ਨਿਰੰਤਰ ਬਿਜਲੀ, ਆ ਦੇਖੋ ਜੂਨ ਦਾ ਰਿਕਾਰਡ ਹੈ ਕਿੰਨੇ ਕਿੰਨੇ ਕੱਟ ਲੱਗ ਰਹੇ ਨੇ, ਕੱਟ ਤਾਂ ਲੱਗ ਰਹੇ ਨੇ, ਸਰਕਾਰ ਮੰਨਦੀ ਨਹੀਂ ਕਿ ਕੱਟ ਲੱਗ ਰਹੇ ਨੇ, ਇੰਡਸਟਰੀ ਰੋ ਰਹੀ ਹੈ ਕਿ ਅਣਐਲਾਨੇ ਕੱਟ ਲੱਗਣ ਦੇ ਨਾਲ ਸਾਡੀ ਪ੍ਰੋਡਕਸ਼ਨ ਤਕਰੀਬਨ 40% ਰਹਿ ਗਈ ਹੈ। ਦੂਜੀ ਹੈਰਾਨੀ ਦੀ ਗੱਲ ਹੈ ਕਿ ਹਰ ਬਿਜਲੀ ਘਰ ਦੇ ਉੱਪਰ ਆਊਟਗੋਇੰਗ ਫੀਡਰ ਦੇ ਉੱਪਰ ਜਾਂ 66 KV ਇਨਕਮਿੰਗ ਦੇ ਉੱਪਰ ਇੱਕ ਰਜਿਸਟਰ 'ਤੇ ਰਿਕਾਰਡ ਲੱਗਿਆ ਹੁੰਦਾ, ਲੋਗ ਬੁੱਕ ਜਿਹਨੂੰ ਕਹਿੰਦੇ ਹਾਂ, ਵੀ ਇਹ ਬਿਜਲੀ ਘਰ ਨੂੰ ਬਿਜਲੀ ਕਦੋਂ ਬੰਦ ਹੋਈ, ਪਿੱਛੋਂ ਅੱਗੇ ਕਿਹੜੇ ਕਿਹੜੇ ਫੀਡਰ 'ਤੇ ਕਿੰਨੇ ਕਿੰਨੇ ਮਿੰਟ ਜਾਂ ਕਿੰਨੇ ਘੰਟੇ ਕਦੋਂ ਕਿੰਨੇ ਵਜੇ ਬੰਦ ਹੋਈ, ਕਿੰਨੇ ਵਜੇ ਆਈ, ਇਹ ਸਾਰੇ ਰਿਕਾਰਡ ਸਰਕਾਰੀ 'ਤੇ ਬੋਲਦੇ ਨੇ ਕੱਟ ਲੱਗੀ ਹੈ ਬਿਜਲੀ ਘਰਾਂ 'ਚ, ਓਪਰੇਸ਼ਨ ਦੇ ਜਾਂ ਸ਼ਾਇਦ ਚੰਡੀਗੜ੍ਹ ਤੱਕ ਜਾਂਦਿਆਂ ਰਜਿਸਟਰ ਬਦਲ ਜਾਂਦੇ ਨੇ, ਉੱਥੇ ਕਿਹਾ ਜਾਂਦਾ ਕੱਟ ਨਹੀਂ ਲੱਗੇ। ਦੂਸਰੇ ਪਾਸੇ ਜਦੋਂ ਕੱਟ ਲੱਗਦੇ ਨੇ, ਮੇਰੀ ਉਹ ਇੰਡਸਟਰੀ ਜਿਹੜੀ ਪਾਵਰ ਦੇ ਨਾਲ ਚੱਲਦੀ ਹੈ, ਜਿਵੇਂ ਸਟੀਲ ਮਿੱਲਾਂ ਹੋ ਗਈਆਂ, ਰੋਲਿੰਗ ਮਿੱਲਾਂ, ਫਰਨੈਸਿਸ ਹੋ ਗਈਆਂ, ਇਲੈਕਟ੍ਰੋਪਰੇਟਿੰਗ ਯੂਨਿਟਸ ਹੋ ਗਏ, ਹੀਟ ਟ੍ਰੀਟਮੈਂਟ ਹੋ ਗਏ, ਪਲਾਸਟਿਕ ਮੋਲਡਿੰਗ ਯੂਨਿਟਸ ਹੋ ਗਏ, ਅਜਿਹੇ ਯੂਨਿਟ ਜਿਨ੍ਹਾਂ ਨੂੰ ਚਾਲੂ ਕਰਨ ਤੋਂ ਪਹਿਲਾਂ 1-2 ਘੰਟੇ ਮਸ਼ੀਨਾਂ ਨੂੰ ਵਾਰਮ ਅਪ ਹੋਣ 'ਤੇ ਟਾਈਮ ਲੱਗਦਾ, ਜੇ ਦਿਨ 'ਚ 2 ਵਾਰੀ ਵੀ ਕੱਟ ਲੱਗ ਗਿਆ ਤਾਂ 4-4 ਘੰਟੇ ਦੀ ਪ੍ਰੋਡਕਸ਼ਨ ਵੈਸੇ ਟੁੱਟ ਗਈ। ਲੇਬਰ ਦੀ ਸ਼ੋਰਟੇਜ, ਪਰਮਾਤਮਾ ਦੇ ਬਿਜਲੀ ਦਾ ਇਸ ਵੇਲੇ ਕਹਿਰ ਪੈ ਰਿਹਾ ਹੈ, ਅਜੇ ਮੌਕੇ 'ਤੇ ਪੰਜਾਬ ਦੀ ਪ੍ਰੋਡਕਸ਼ਨ ਟੁੱਟ ਰਹੀ ਹੈ। ਭਗਵੰਤ ਮਾਨ ਜੀ, ਕਿਰਪਾ ਕਰੋ, ਇੱਕੋ ਵਾਅਦਾ ਪੂਰਾ ਕਰ ਦਿਓ ਕਿ 24 ਘੰਟੇ ਬਿਜਲੀ ਦੇਣੀ ਹੈ, ਜੇ ਆ ਰਹੀ ਹੈ ਤਾਂ ਸਾਡੇ ਰਿਕਾਰਡ ਗਲਤ ਨੇ ਜੀ, ਜੇ ਨਹੀਂ ਆ ਰਹੀ ਤਾਂ ਅਫਸਰਸ਼ਾਹੀ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਗੁੰਮਰਾਹ ਕਰ ਰਹੀ ਹੈ। ਬਿਜਲੀ ਕਰਕੇ ਇੰਡਸਟਰੀ ਬਹੁਤ ਪਰੇਸ਼ਾਨ ਹੈ ਜੀ, ਲੇਬਰ ਦੀ ਸ਼ੋਰਟੇਜ ਆਈ ਹੋਈ ਹੈ, ਜੇ ਪੰਜਾਬ 'ਚ ਅਸੀਂ ਲੇਬਰ ਨੂੰ ਕੰਮ ਨਹੀਂ ਦੇਵਾਂਗੇ ਜਾਂ ਬਿਜਲੀ ਬੰਦ ਹੋਣ ਤੋਂ ਬਾਅਦ ਵੀ ਤਨਖਾਹਾਂ ਨਹੀਂ ਦੇਵਾਂਗੇ ਤਾਂ ਲੇਬਰ ਬਾਹਰ ਚਲੀ ਜਾਏਗੀ, ਪੰਜਾਬ ਤਬਾਹ ਹੋ ਜਾਏਗਾ, ਆਰਥਿਕਤਾ ਤਬਾਹ ਹੋ ਜਾਏਗੀ ਮੇਰੇ ਪੰਜਾਬ ਦੇ। ਸਰ, ਕਿੰਨਾ ਕੁ ਫਰਕ ਜਿਹੜਾ ਪਵੇਗਾ ਜਿਸ ਤਰ੍ਹਾਂ ਬਿਜਲੀ ਦੇ ਰੇਟ ਵਧਾਏ ਨੇ, ਇੰਡਸਟਰੀ ਉੱਪਰ ਕਿੰਨੀ ਕੁ ਮਾਰ ਪਏਗਾ? ਮੈਂ ਤਾਂ ਕਹਿੰਦਾ ਜੀ ਕਿਹਨੂੰ ਮਾਰ ਨਹੀਂ ਪੈ ਰਹੀ। ਦੇਖੋ, 2 ਚੀਜ਼ਾਂ ਮੈਂ ਰਿਕੁਐਸਟ ਕਰਦਾ ਕਿ ਤੁਸੀਂ ਕਿਹਾ ਰੈਗੂਲੇਟਰੀ ਕਮਿਸ਼ਨ ਨੇ ਕਿ ਅਸੀਂ ਬਿਜਲੀ ਦੇ ਰੇਟ 10-12 ਜਾਂ 15 ਪੈਸੇ ਯੂਨਿਟ ਵਧਾ ਰਹੇ ਹਾਂ, 15 ਪੈਸੇ ਦੇ ਸ਼ਾਇਦ ਅੱਜ ਕੱਲ੍ਹ ਬੈਂਕ ਦੇ ਵਿੱਚ ਵੀ ਕੋਇਨ ਨਹੀਂ ਮਿਲਦੇ, 21 ਦੁੱਕੀ ਤਿੱਕੀ ਆਪਾਂ 25 ਦੱਸੀ ਕਹਿੰਦੇ ਹੁੰਦੇ ਸੀਗੇ, 20 ਪੈਸੇ ਦਾ ਸਿੱਕਾ,
ਚੁਆਨੀਆਂ ਅੱਜ ਤਾਂ ਬੈਂਕ 'ਚ ਵੀ ਨਹੀਂ ਮਿਲਦੀਆਂ। ਕੀ ਤੁਸੀਂ ਇਹ ਦੇਖਿਆ ਕਿ ਜਿੰਨੇ ਯੂਨਿਟ ਬੰਦਾ ਯੂਜ਼ ਕਰਦਾ ਇੰਡਕਸ਼ਨ ਫਰਨੈਸ ਜਾਂ ਰੋਲਿੰਗ ਮਿੱਲਾਂ, ਲੱਖਾਂ ਯੂਨਿਟ ਰੋਜ਼ ਦੇ ਲੈਂਦੇ ਨੇ, ਕਿੰਨੇ ਹਜ਼ਾਰਾਂ ਰੁਪਏ ਰੋਜ਼ ਦਾ ਬਿੱਲ ਵੱਧ ਗਿਆ ਉਹਨਾਂ ਦਾ। ਕਹਿਣ ਨੂੰ ਤਾਂ 10-15 ਪੈਸੇ ਯੂਨਿਟ ਹੈ ਪਰ ਲੱਖਾਂ ਰੁਪਏ 'ਚ ਹੋ ਗਏ। ਛੋਟੀ ਤੋਂ ਛੋਟੀ ਇੰਡਸਟਰੀ ਜਿਹੜੀ 100-200 ਯੂਨਿਟ ਰੋਜ਼ ਦਾ ਬਲਦੀ ਹੈ, 5-10 ਬੰਦਿਆਂ ਨੂੰ ਰੋਜ਼ਗਾਰ ਦਿੰਦੀ ਹੈ, 10-15-20 ਹਜ਼ਾਰ ਰੁਪਏ ਸਾਲ ਦਾ ਉਹਦਾ ਬਿੱਲ ਵੱਧ ਗਿਆ। ਦੂਜਾ ਮੈਂ ਤਾਂ ਗੱਲ ਕਰਾਂਗਾ ਕਿ ਜਦੋਂ ਭਗਵੰਤ ਮਾਨ ਜੀ ਕਹਿੰਦੇ ਨੇ ਕਿ ਬਿਜਲੀ ਬੋਰਡ ਹੁਣ ਵਾਧੇ 'ਚ ਹੈ, ਪਹਿਲੀ ਵਾਰੀ ਜਿਹੜੇ ਬਿਜਨਸ ਵੱਧਦੇ ਜਾ ਰਹੇ ਨੇ, ਪ੍ਰਾਈਵੇਟ ਬਿਜਨਸ ਤਾਂ ਹੈ ਨਹੀਂ ਗੇ, ਇਹ ਸਰਕਾਰ ਦੀ ਇੱਕ ਐਸੈਂਸ਼ੀਅਲ ਹੈ, ਮੇਰਾ ਜਮਹੂਰੀਅਤ ਹੱਕ ਹੈ ਕਿ ਮੈਨੂੰ ਬਿਜਲੀ ਦਿੱਤੀ ਜਾਵੇ। ਇਹ ਕੋਈ ਔਰਗਨਾਈਜੇਸ਼ਨ ਫੋਰ ਪ੍ਰੋਫਿਟ ਨਹੀਂ ਹੈਗਾ, ਇਹ ਔਰਗਨਾਈਜੇਸ਼ਨ ਫੋਰ ਦਾ ਨੈਸੈਸਿਟੀ ਆਫ ਦਾ ਪਬਲਿਕ ਹੈ। ਅਜਿਹੇ ਔਰਗਨਾਈਜੇਸ਼ਨ ਜਿਹੜਾ ਪਹਿਲੇ ਹੀ ਪ੍ਰੋਫਿਟ 'ਚ ਹੈ, ਸਰਕਾਰ ਕਹਿੰਦੀ ਹੈ, ਫਿਰ ਬਿਜਲੀ ਦੇ ਹੋਰ ਰੇਟ ਵਧਾਉਣ ਦਾ ਕੀ ਕੰਮ ਹੋਇਆ। ਇੱਕ ਛੋਟੀ ਜਿਹੀ ਮੈਂ ਰਿਕੁਐਸਟ ਹੋਰ ਕਰਾਂਗਾ, ਜੇ ਇਜਾਜ਼ਤ ਦਿਓ, ਆਹ ਸਾਡੇ ਬਿਜਲੀ ਦੇ ਬਿੱਲਾਂ ਦੀ ਫਾਈਲਾਂ ਨੇ ਜੀ ਭਰੀਆਂ ਪਈਆਂ। ਤੁਸੀਂ ਕਿਹਾ ਸੀਗਾ ਬਈ ਇੰਡਸਟਰੀ ਨੂੰ 5 ਰੁਪਏ ਯੂਨਿਟ ਬਿਜਲੀ ਦੇਵਾਂਗੇ, ਕੁਝ ਨਾ ਕਰੋ, ਜਿਹੜਾ ਵੀ ਤੁਹਾਨੂੰ ਬਿਜਲੀ ਬੋਰਡ ਦਾ 1-20 ਬਿੱਲ ਅੱਜ ਪੰਜਾਬ ਸਰਕਾਰ ਚੁੱਕ ਕੇ ਦਿਖਾ ਦੇਵੇ, ਜਿੰਨੇ ਯੂਨਿਟ ਚੱਲੇ, ਜੇ 1000 ਯੂਨਿਟ ਚੱਲੇ ਆ, 5 ਲੱਖ ਜਲਬ ਕਰਕੇ 5-5 ਹਜ਼ਾਰ ਪੈਸੇ ਲੈ ਲਓ, ਬਾਕੀ ਵਾਪਸ ਕਰ ਦਿਓ। 8 ਤੋਂ 10 ਰੁਪਏ ਯੂਨਿਟ 'ਤੇ ਬਿਜਲੀ ਨੂੰ ਪੈ ਰਹੀ ਹੈ ਇੰਡਸਟਰੀ ਨੂੰ, ਪਾਵਰ ਕੱਟ ਦੇ ਨਾਲ ਇਹ ਰੇਟ ਹੋਰ ਵੱਧ ਜਾਂਦਾ ਕਿਉਂਕਿ ਪ੍ਰੋਡਕਸ਼ਨ ਨਹੀਂ ਹੁੰਦੀ, ਬਾਕੀ ਖਰਚੇ ਬੈਂਕਾਂ ਦੇ ਇੰਟਰਸਟ, ਲੇਬਰ ਨੂੰ ਖਰਚੇ ਅਸੀਂ ਦੇ ਹੀ ਰਹੇ ਹਾਂ, ਸਾਡਾ ਵੀ ਖਰਚਾ ਓਨਾ ਹੀ ਹੈ, ਅਤੇ ਸਾਨੂੰ ਤਾਂ ਯੂਨਿਟ ਕਿਤੇ ਜਾ ਕੇ ਜ਼ਿਆਦਾ ਪੈਣਾ ਹੈ। ਪੰਜਾਬ ਦੀ ਆਰਥਿਕਤਾ ਤਬਾਹ ਹੋ ਰਹੀ ਹੈ। ਇੱਕ ਗੱਲ ਮੈਂ ਹੋਰ ਜ਼ਰੂਰ ਕਹਿਣੀ ਚਾਹਾਂਗਾ ਤੁਹਾਡੇ ਦਰਸ਼ਕਾਂ ਵਾਸਤੇ, ਬੜੀ ਇੰਪੋਰਟੈਂਟ ਗੱਲ ਕਹਿਣ ਜਾ ਰਿਹਾ ਵਾਂ, ਅਤੇ ਮਾਫ਼ੀ ਵੀ ਚਾਹੁੰਦਾ ਕਿ ਬਲੰਟ ਹੋਣ ਦੇ ਨਾਤੇ ਮੈਨੂੰ ਕਹਿਣ ਦਾ ਮੇਰਾ ਫਰਜ਼ ਵੀ ਹੈ, ਮੇਰਾ ਹੱਕ ਵੀ ਹੈ ਜਨਤਾ ਪ੍ਰਤੀ। ਉਹ ਹੱਕ ਇਹ ਹੈ ਕਿ ਮੇਰੇ ਕਿਸਾਨ ਭਰਾਵਾਂ ਨੂੰ ਤੁਸੀਂ ਬਿਜਲੀ ਫ੍ਰੀ ਦੇਣੀ ਹੈ, ਮੈਂ ਬਿਲਕੁਲ ਸਹਿਮਤ ਹਾਂ, ਦੇਣੀ ਚਾਹੀਦੀ ਹੈ। ਬਟ ਕੀ ਭਗਵੰਤ ਮਾਨ ਜੀ ਇੱਕ ਛੋਟੀ ਜਿਹੀ ਬੇਨਤੀ ਸੁਣੋਗੇ? ਤੁਸੀਂ ਤਾਂ ਕਹਿੰਦੇ ਹੋ ਮੈਂ ਕਿੰਨੇ ਹਜ਼ਾਰ ਕਰੋੜ ਰੁਪਈਆ ਬਿਜਲੀ ਦਾ ਦਿੰਦਾ ਵਾਂ ਸਬਸਿਡਾਈਜ਼ ਰੇਟ ਹੋਣ ਕਰਕੇ ਸਰਕਾਰ ਵੱਲੋਂ। ਕਿਰਪਾ ਕਰੋ, ਹਰ ਕਨੈਕਸ਼ਨ ਜਿੱਥੇ ਵੀ ਤੁਸੀਂ ਕਿਸਾਨ ਭਰਾ ਦੇ ਲਾਇਆ, ਮੇਰੇ ਲਾਇਆ, ਆਪਣੇ ਲਾਇਆ ਵਾ, ਉਹਦਾ ਬਿੱਲ ਜ਼ਰੂਰ ਜਨਰੇਟ ਕਰੋ ਅਕਾਊਂਟ ਨੰਬਰ ਲਿਖ ਕੇ। ਉਹਦੇ 'ਚੋਂ ਜਿਹੜੇ ਸੈਕਟਰ ਨੂੰ ਫ੍ਰੀ ਦੇਣੀ ਹੈ, ਬਾਈ ਨੇਮ ਬਾਈ ਕੈਲਕੂਲੇਸ਼ਨ ਕਿੰਨੇ ਹਜ਼ਾਰ ਯੂਨਿਟ ਕਿਹੜੇ ਸੈਕਟਰ ਨੂੰ ਫ੍ਰੀ ਦਿੱਤੀ ਹੈ, ਉਹਨਾਂ ਡਿਕਲੇਅਰ ਕਰਕੇ ਵਾਈਟ ਪੇਪਰ ਜਾਰੀ ਕਰਕੇ ਪੰਜਾਬ ਸਰਕਾਰ ਬਿਜਲੀ ਬੋਰਡ ਨੂੰ ਪੈਸੇ ਦੇ ਦੇਵੇ। ਅੱਜ ਜਿਹੜੀ ਫ੍ਰੀ ਤੁਸੀਂ ਦੇ ਰਹੇ ਹੋ, ਬਿਜਲੀ ਬੋਰਡ ਕਹਿੰਦਾ ਕਿ ਸਾਨੂੰ ਸਰਕਾਰ ਪੂਰੇ ਪੈਸੇ ਸਭ ਨਹੀਂ ਦੇ ਰਹੀ, ਅਸੀਂ ਕਹਿੰਦੇ ਹਾਂ ਕਿ ਸਾਨੂੰ ਉਹ ਫ੍ਰੀ ਬਿਜਲੀ ਦਾ ਰੇਟ ਇੰਡਸਟਰੀ ਜਾਂ ਖਪਤਕਾਰ ਘਰੇਲੂ ਨੂੰ ਦੇਣਾ ਪੈ ਰਿਹਾ, ਕੀ ਇਹ ਜਾਇਜ਼ ਹੈ ਜੀ? ਨਹੀਂ, ਮੈਂ ਸਮਝਣਾ ਕਿ ਇਹ ਚੰਗੀ ਗੱਲ ਨਹੀਂ ਹੈਗੀ। ਜਿਹੜੇ ਬਿਜਲੀ ਦੇ ਰੇਟ ਵਧੇ ਨੇ, ਰੈਗੂਲੇਟਰੀ ਕਮਿਸ਼ਨ ਨੇ ਤਾਂ ਕਹਿਤਾ ਕਿ ਹਰ ਸਾਲ ਐਨੂਅਲ ਰੈਵਨਿਊ ਰਿਕੁਆਇਰਮੈਂਟ ARR ਬਿਜਲੀ ਬੋਰਡ ਦੇ ਦਿੰਦਾ, ਸਾਡੀਆਂ ਖਪਤਕਾਰਾਂ ਦੀਆਂ ਗੱਲਾਂ ਸੁਣਦੇ ਨੇ, ਅਖੀਰ ਫੈਸਲਾ ਉਹੀ ਹੁੰਦਾ ਕਿ ਇੰਨੇ ਪੈਸੇ ਰੇਟ ਵਧਾ ਦਿਓ। ਮੋਟੀ ਗੱਲ ਹੈ ਜੀ, ਮੈਨੂੰ ਪ੍ਰੋਫਿਟ ਚੰਗਾ ਤਾਂ ਰੇਟ ਵਧਾਉਣ ਦੀ ਕੀ ਲੋੜ।